ਸ਼੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਪੰਜਾਬ ਵਿੱਚ ਹੜ੍ਹ ਆਉਣ ਕਰਕੇ ਪੰਜਾਬੀਆਂ ਲਈ ਬਹੁਤ ਵੱਡੀ ਮੁਸੀਬਤ ਆਈ ਹੈ। ਇਸ ਦੁਖੀਆ ਘੜੀ ਵਿੱਚ ਉਹਨਾਂ ਦੀ ਸਹਾਇਤਾ ਕਰਨ ਲਈ ਕਈ ਵੱਡੀਆਂ ਸੰਸਥਾਵਾਂ ਤੇ ਆਮ ਲੋਕ ਵੱਧ ਚੜ੍ਹ ਕੇ ਅੱਗੇ ਆਏ ਹਨ। ਉਹਨਾਂ ਵਿੱਚੋਂ ਇੱਕ ਸੰਸਥਾ ਹੈ ਖਾਲਸਾ ਐਡ, ਜੋ ਕਿ ਕਾਫੀ ਲੰਬੇ ਸਮੇਂ ਤੋਂ ਦੁਖੀਆ ਅਤੇ ਲੋੜਵੰਦਾਂ ਦੀ ਸਹਾਇਤਾ ਕਰਦੀ ਆ ਰਹੀ ਹੈ, ਚਾਹੇ ਉਹ ਹੜ੍ਹ ਪੰਜਾਬ ਦੇ ਹੋਣ ਜਾਂ ਫਿਰ ਕੇਰਲਾ ਦੇ। ਬੀਤੇ ਦਿਨੀ ਮਸ਼ਹੂਰ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਵੀ ਖਾਲਸਾ ਐਡ ਨਾਲ ਜੁੜ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਵੀ ਬਿਆਨ ਕੀਤੇ। ਆਓ ਦੇਖਦੇ ਹਾਂ ਉਹ ਸਾਰੀ ਵੀਡੀਓ। ਜਿਹੜੇ ਲੋਕ ਉੱਥੇ ਫਸੇ ਨੇ ਉਹਨਾਂ ਕੋਲ ਸਿਰਫ ਹਲੇ ਦੁੱਧ ਤੇ ਬਿਸਕਟ ਤੇ ਇਹੋ ਜਿਹਾ ਕੁਛ ਪਹੁੰਚਿਆ। ਸੋਹਣ ਲੱਗੇ, ਆਈ ਐਮ ਸੋ ਅਮੇਜ਼ਡ, ਔਰ ਮੈਂ ਦੇਖ ਕੇ ਇੰਨੀ ਕੁ ਜ਼ਿਆਦਾ ਹੈਰਾਨ ਹੋਈ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਵਾਈ ਪੀਪਲ ਹੈਵ ਸੋ ਮਚ ਆਫ ਹੇਟ, ਠੀਕ ਹੈ, ਔਰ ਇੰਨਾ ਲੋਕ ਮਾਣ ਕਰਦੇ ਨੇ ਨਾ, ਇੰਨਾ ਮਤਲਬ ਬਕਵਾਸ ਕਰਦੇ ਨੇ, ਇੰਨਾ ਮਾਣ ਕਰਦੇ ਨੇ ਆਪਣੀਆਂ ਚੀਜ਼ਾਂ ਦੇ ਉੱਤੇ ਕਿ ਸਾਡੇ ਕੋਲ ਆ ਹੈ ਜੀ, ਅਸੀਂ ਆਹ ਕਰਨਾ, ਇੰਨੀ ਸੋ ਮਚ ਆਫ ਹੇਟ ਸਪੀਚ ਆ, ਇੱਕ ਦੂਜੇ ਤੋਂ ਸੜੀ ਜਾਣਾ। ਬਟ ਤੁਸੀਂ ਆ ਕੇ ਇੱਕ ਵਾਰੀ ਇੱਥੇ ਆ ਕੇ ਨਾ, ਚਾਹੇ ਕਰਿਓ ਕੁਛ ਨਾ, ਇੱਕ ਵਾਰੀ ਆ ਕੇ ਇੱਥੇ ਦੇਖ ਕੇ ਜਾਇਓ। ਡੰਗਰ ਪਤਾ ਕਿੱਦਾਂ ਚੀਕਾਂ ਮਾਰ ਮਾਰ ਰੋ ਰਹੇ ਸੀ, ਅਸੀਂ ਬੇਬਸ ਸੀਗੇ ਕਿ ਸਾਡਾ ਕੁਛ ਖਵਾਉਣ ਨੂੰ ਨਹੀਂ ਸੀਗਾ। ਪਾਣੀ ਚ ਛੱਤਾਂ ਦੇ ਉੱਤੇ ਕੋਈ ਮੱਝ ਫਸੀ ਹੋਈ ਆ, ਕੋਈ ਗਾਂ ਵਿਚਾਰੀ ਚੜੀ ਹੋਈ ਆ, ਨਾ ਉਹਨਾਂ ਨੂੰ ਪੀਣ ਨੂੰ ਕੁਛ, ਨਾ ਕੁਛ ਖਾਣ ਨੂੰ। ਔਰ ਲੋਕ ਵਿਚਾਰੇ ਜੋ ਹੱਥ ਲੱਗਿਆ, 12-12 ਫੁੱਟ ਪਾਣੀ ਸੀਗਾ, ਜੋ ਹੱਥ ਲੱਗਿਆ ਉੱਥੇ ਖੜੇ ਨੇ। ਲੇਡੀਜ਼ ਨੂੰ, ਦੇ ਡੋਂਟ ਹੈਵ ਸੈਨੇਟਰੀ ਨੈਪਕਿਨਸ, ਠੀਕ ਹੈ, ਲੇਡੀਜ਼ ਨੂੰ ਪ੍ਰੋਬਲਮ ਹੋ ਰਹੀ ਹੈ। ਇੱਕ ਲੇਡੀ ਵਿਚਾਰੀ, ਇੰਨੇ ਬੰਦੇ ਸੀਗੇ ਸਾਡੇ ਨਾਲ, ਔਰ ਵਿਚਾਰੀ ਇੰਨਾ ਡਰ ਡਰ ਕੇ ਮੰਗ ਰਹੀ ਹੈ, ਤੁਸੀਂ ਆਈ ਡੋਂਟ ਨੋ। ਔਰ ਇੱਕ ਬੰਦਾ ਬਕਵਾਸ ਕਰ ਰਿਹਾ ਕਮੈਂਟ ਦੇ ਵਿੱਚ ਕਿ ਤੁਸੀਂ ਪੋਸਟ ਕਰ ਰਹੇ ਹੋ, ਸੈਲਿਬ੍ਰਿਟੀਜ਼ ਜਾਂਦੇ ਨੇ ਔਰ ਪੋਸਟ ਕਰਦੇ ਨੇ। ਡੂਡ, ਅਗਰ ਕੋਈ ਪੋਸਟ ਨਹੀਂ ਕਰੂਗਾ ਤਾਂ ਵਰਡ ਸਪਰੈਡ ਨਹੀਂ ਹੋਊਗਾ। ਇਹਨਾਂ ਨੂੰ ਪੁੱਛਣ ਵਾਲਾ ਇੱਥੇ ਕੋਈ ਨਹੀਂ ਹੈਗਾ, ਔਰ ਇੱਥੇ ਕੋਈ ਨਹੀਂ ਦਿਖਿਆ ਮੈਨੂੰ। ਨੋ ਬਡੀ ਮੀਨਸ ਨੋ ਬਡੀ, ਇੱਥੇ ਮੈਨੂੰ ਇੱਕ ਬੰਦਾ ਨਹੀਂ ਦਿਖਿਆ ਹੈਗਾ, ਜਸਟ ਖਾਲਸਾ ਏਡ ਇੱਥੇ ਹੀ ਸੀਗਾ। ਸਮਝ ਰਹੇ ਹੋ ਵਟ ਆਈ ਮੀਨ? ਨੋ ਬਡੀ ਵਾਸ ਦੇਅਰ, ਕੋਈ ਬੰਦਾ ਨਹੀਂ ਸੀਗਾ ਇੱਥੇ। ਮੈਨੂੰ ਇੰਨਾ ਕੁ ਜ਼ਿਆਦਾ ਫੀਲ ਹੋ ਰਿਹਾ ਕਿ ਅਸੀਂ ਇੰਨੀ ਕੁ ਵਧੀਆ ਜਗ੍ਹਾ ਤੇ ਰਹਿ ਰਹੇ ਹਾਂ, ਔਰ ਡੈਮ ਦਾ ਪਾਣੀ ਛੱਡ ਦਿੱਤਾ ਗਿਆ, ਠੀਕ ਹੈ, ਉੱਤੋਂ ਬਿਜਲੀ ਵੀ ਸਭ ਤੋਂ ਮਹਿੰਗੀ ਸਾਨੂੰ ਹੀ ਦਿੰਦੇ ਨੇ। ਆਈ ਡੋਂਟ ਨੋ ਵਾਈ, ਜਿਹਨੇ ਜੋ ਬੋਲਣਾ ਮੇਰੇ ਬਾਰੇ ਬੋਲੇ। ਆਈ ਐਮ ਕਲੀਅਰ ਡੂਡ, ਮੈਂ ਬਿਲਕੁਲ ਕਲੀਅਰ ਹਾਂ। ਜਿਹਨੇ ਮੇਰੇ ਬਾਰੇ ਬੋਲਣਾ ਉਹ ਬੋਲੇ ਮੇਰੇ ਬਾਰੇ। ਪਹਿਲੇ ਵੀ ਜੋ ਜਿਹਨੇ ਵੀ ਜੋ ਕੁਛ ਬੋਲਿਆ, ਜੋ ਬੰਦਾ ਮੌਕੇ ਤੇ ਨਹੀਂ ਹੁੰਦਾ ਨਾ, ਉਹਨੂੰ ਰਿਐਲਿਟੀ ਨਹੀਂ ਪਤਾ ਹੁੰਦੀ, ਬਾਅਦ ਚ ਵੀਡੀਓਜ਼ ਬਣਾ ਕੇ 4 ਫੋਟੋਆਂ ਖਿੱਚ ਕੇ ਕੁਛ ਵੀ ਪ੍ਰਮੋਟ ਕਰ ਦੋ। ਅਸੀਂ ਅੱਜ ਸਾਰਾ ਦਿਨ ਚੱਪੂ ਚਲਾ ਕੇ ਉੱਥੇ, ਯੂ ਨੋ ਵਟ, ਖਾਲਸਾ ਏਡ ਕੋਲੇ ਨਾ ਬੋਟਸ ਨਹੀਂ ਹੈਗੀਆਂ, ਔਰ ਉੱਤੋਂ ਸੋ ਕਾਲਡ ਸਰਕਾਰੀ ਆਫਿਸਰਸ ਕਹਿ ਰਹੇ ਨੇ ਜੀ ਬੋਟਸ ਤਾਂ ਮਿਲਣਗੀਆਂ ਜੇ ਤੁਸੀਂ ਪਰਮਿਸ਼ਨ ਦੇਣਗੇ ਤਾਂ ਬੋਟਸ ਆਉਣਗੀਆਂ। ਦੇ ਡੋਂਟ ਹੈਵ ਮੋਟਰ ਬੋਟਸ, ਠੀਕ ਆ, ਔਰ ਉੱਥੇ ਤੱਕ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਰਿਹਾ, ਔਰ ਇੰਨੀ ਸਮੈਲ ਆ ਰਹੀ, ਮੱਝਾਂ ਦੀਆਂ ਲਾਸ਼ਾਂ ਨਾ ਤੈਰ ਰਹੀਆਂ ਨੇ। ਔਰ ਜਦੋਂ ਇਹ ਪਾਣੀ ਹੌਲੀ ਹੌਲੀ ਜਾਊਗਾ, ਘੱਟੋ ਘੱਟ ਨਹੀਂ ਤਾਂ 3-4 ਮਹੀਨੇ ਪਾਣੀ ਨਹੀਂ ਜਾਂਦਾ, ਕਿਉਂਕਿ ਪਾਣੀ ਸਟੱਕ ਹੋ ਚੁੱਕਾ ਆ। ਔਰ ਇਸ ਤੋਂ ਬਾਅਦ ਜੇ ਪਾਣੀ ਚਲਾ ਗਿਆ, ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਫੈਲਣੀਆਂ, ਲਾਸ਼ਾਂ, ਕੁੱਤਿਆਂ ਦੀਆਂ ਲਾਸ਼ਾਂ ਜਿਹੜੀਆਂ ਤੈਰ ਰਹੀਆਂ, ਲੋਕ ਆਪਣੇ ਮੂੰਹੋਂ ਕਹਿ ਰਹੇ। ਔਰ ਇੰਨੀ ਹੈਰਾਨੀ ਵਾਲੀ ਗੱਲ, ਜਿਹਦੇ ਅਸੀਂ ਘਰੇ ਗਏ ਹਾਂ, ਉਹਨੇ ਹਰੇਕ ਨੇ ਸਾਨੂੰ ਕਿਹਾ ਪੁੱਤ ਚਾਹ ਪਾਣੀ ਪੀਓਗੇ, ਪੁੱਤ ਕੁਛ ਖਾਓਗੇ ਸਾਡੇ ਵੱਲੋਂ। ਉਹਨਾਂ ਕੋਲ ਭਾਵੇਂ ਆਪ ਕੋਲ ਕੁਛ ਵੀ ਨਹੀਂ ਸੀਗਾ, ਸੋ ਜੇ ਮੈਨੂੰ ਕਿਸੇ ਲਈ ਕੋਈ ਹੇਟ ਸਪੀਚ ਨਹੀਂ ਹੈਗੀ, ਜੈਨੂਇਨਲੀ ਕੋਈ ਨਹੀਂ ਹੈਗੀ, ਲੇਕਿਨ ਮੈਂ ਨਹੀਂ ਕਹਿੰਦੀ ਮੈਂ ਬਹੁਤ ਮਹਾਨ, ਮੈਂ ਜਮੀ ਨਹੀਂ ਹੈਗੀ, ਮੈਂ ਚੰਗੀ ਹੈ ਹੀ ਨਹੀਂ, ਬਟ ਸਟਿਲ ਐਟਲੀਸਟ ਸਾਨੂੰ ਵਾਲੰਟੀਅਰਸ ਦੀ ਲੋੜ ਹੈਗੀ ਆ। ਮੈਨੂੰ ਪਤਾ ਕਾਮਨ ਪਰਸਨ ਹੀ ਕਾਮਨ ਬੰਦੇ ਦੀ ਹੈਲਪ ਕਰਦਾ ਆ, ਠੀਕ ਆ, ਔਰ ਹਮੇਸ਼ਾ ਅਸੀਂ ਇੱਕ ਦੂਜੇ ਵਾਸਤੇ ਖੜੇ, ਲੰਗਰ ਵੀ ਆ ਬੰਦੇ ਲਾਉਂਦੇ ਨੇ, ਸੜਕਾਂ ਦੇ ਪਾਣੀ ਵੀ। ਅਸੀਂ ਜਦੋਂ ਪਿੰਡ ਚ ਐਂਟਰ ਹੋਇਆ, ਸਾਨੂੰ ਬੀਬੀਆਂ ਨੇ, ਚਾਹੇ ਜਿੰਨੇ ਜੋਗੇ ਵੀ ਸੀਗੇ, ਸਾਨੂੰ ਨਿੰਬੂ ਪਾਣੀ ਪਲਾ ਭੇਜਿਆ ਵੀ ਅੰਦਰ ਜਾਓ, ਤੁਸੀਂ ਬੰਦਿਆਂ ਦੀ ਹੈਲਪ ਕਰਨ ਜਾ ਰਹੇ ਹੋ। ਡੰਗਰ ਪਸ਼ੂ ਇੱਥੇ ਤੇ ਤੱਕ ਪਤਾ ਨਹੀਂ ਕਿਵੇਂ, ਆਈ ਡੋਂਟ ਨੋ ਕਿਵੇਂ ਸਰਵਾਈਵ ਕਰ ਰਹੇ। ਸਿਰਫ 2 ਬੋਟਾਂ ਘੁੰਮ ਰਹੀਆਂ ਨੇ, ਖਾਲਸਾ ਐਡ ਕੋਲੇ ਚੱਪੂ ਵਾਲੀ ਬੋਟ ਆ, ਔਰ ਦੂਸਰੀ NDRF ਦੀ ਬੋਟ ਘੁੰਮ ਰਹੀ ਆ, ਤੇ ਅਸੀਂ ਦੇਖਿਆ ਜਾ ਕੇ ਆਰਮੀ ਵੱਲੋਂ ਸਮਾਨ ਉੱਤੋਂ ਸੁੱਟਿਆ ਗਿਆ ਹੈਲੀਕਾਪਟਰ ਤੋਂ ਇੱਕ ਦਿਨ, ਔਰ ਹੈਲੀਕਾਪਟਰ ਤੋਂ ਜਦੋਂ ਸੁੱਟਿਆ ਗਿਆ, ਲੋਕਾਂ ਦੀਆਂ ਛੱਤਾਂ ਪਾੜ ਕੇ ਗਿਆ, ਉਹ ਨੁਕਸਾਨ ਅੱਡ ਕਰਕੇ ਗਿਆ। ਸੋਚੋ ਜੇ ਥੱਲੇ ਕਿਸੇ ਦੇ ਲੱਗ ਜਾਂਦੀ, ਔਰ ਇੰਨੀ ਸਮੈਲ ਆ ਰਹੀ ਪਾਣੀ ਚੋਂ, ਮੱਛਰ, ਛੱਤਾਂ ਦੇ ਲੋਕ ਬੈਠੇ ਨੇ,
ਮੱਛਰ ਅੱਡ ਨੇ, ਗਰਮੀ ਅੱਡ ਹੈ, ਘੱਟੋ ਘੱਟ ਉੱਥੇ 6 ਮਹੀਨੇ ਭੁੱਲ ਜਾਓ ਵੀ ਬਿਜਲੀ ਆਜੂਗੀ। ਉਹ ਮੈਂ ਜੇ ਵਰਡ ਸਪਰੈਡ ਕਰ ਰਹੀ ਹਾਂ, ਠੀਕ ਆ, ਮੈਨੂੰ ਲੋਕਾਂ ਨੇ ਇੰਨਾ ਸਪੋਰਟ ਕੀਤਾ, ਆਈ ਐਮ ਸੋ ਥੈਂਕਫੁਲ। ਇਹ ਮੇਰੇ ਲਈ ਨਹੀਂ ਹੈਗਾ, ਸੀਰੀਅਸਲੀ ਮੈਂ ਇੱਕ ਸੂਟ ਨਹੀਂ ਲਊਂਗੀ। ਮੈਂ ਅੱਜ ਕੋਸ਼ਿਸ਼ ਕੀਤੀ ਆ, ਮੈਂ ਸੈਨੇਟਰੀ ਨੈਪਕਿਨਸ ਦਿੱਤੇ ਨੇ ਬਿਕੋਜ਼ ਆਈ ਐਮ ਅ ਵੂਮਨ, ਠੀਕ ਆ। ਮੈਨੂੰ ਉਹ ਚੀਜ਼ ਫੀਲ ਹੁੰਦੀ ਆ ਵੀ ਲੇਡੀਜ਼ ਔਰ ਕੁੜੀਆਂ ਬਹੁਤ ਹੈਗੀਆਂ। ਅਖੀਰ ਵਿੱਚ ਅਸੀਂ ਬਸ ਇਹੀ ਕਹਿਣਾ ਚਾਹਾਂਗੇ ਕਿ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਜਨ ਜੀਵਨ ਮੁੜ ਤੋਂ ਬਹਾਲ ਹੋ ਸਕੇ। ਤੇ ਜੇਕਰ ਤੁਸੀਂ ਆਪ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਸਹਾਇਤਾ ਨਹੀਂ ਕਰ ਸਕਦੇ ਤਾਂ ਖਾਲਸਾ ਐਡ ਦੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਖਾਲਸਾ ਐਡ ਦੀ ਸਹਾਇਤਾ ਵਿੱਚ ਯੋਗਦਾਨ ਦੇ ਸਕਦੇ ਹੋ। ਜੇਕਰ ਤੁਸੀਂ ਅਜਿਹਾ ਵੀ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਹੋਰ ਵਿਅਕਤੀ ਇਸ ਸਹਾਇਤਾ ਵਿੱਚ ਯੋਗਦਾਨ ਪਾ ਸਕੇ। ਤੇ ਇਸ ਵੀਡੀਓ ਵਿੱਚ ਇੰਨਾ ਹੀ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।